ਨਹੀਂ ਫਾਰਮ ਗਿਲ ਪਹਿਲਵਾਨ ਅਹੀਂ ਖਾੜੇ ਦਾ ਆਗਾਜ਼ ਕੀਤਾ ਸਨ 90 ਦੇ ਵਿੱਚ ਇੱਥੇ ਜਿੱਥੇ ਸਤਾਰ ਨਵਾਜ਼ ਪਹਿਲਵਾਨ ਤੇ ਮੈਂ ਦੋਵਾਂ ਨੇ ਮਿਹਨਤ ਭਰਪੂਰ ਕੀਤੀ ਸਾਡਾ ਕੋਈ 100 ਦੀ ਤਦਾਦ ਦੇ ਵਿੱਚ ਇੱਥੇ ਬੱਚੇ ਸਨ ਮੈਂ ਜਿਆ ਪਹਿਲਵਾਨ ਦਾ ਸ਼ਹੀਦ ਹਾਂ ਸ਼ਹਿਰ ਹੀ ਸਾਡੇ ਜਿਹੜੇ ਨੇ ਚਾਚਾ ਜੀ ਮਨੋ ਪਹਿਲਵਾਨ ਚੋਲਿਆਂ ਵਾਲਾ ਸਾਡੇ ਖਾਨਦਾਨ ਦੇ ਵਿੱਚ ਇਹ ਚੀਜ਼ ਪਾਈ ਜਾਂਦੀ ਹੈ ਮੇਰਾ ਸ਼ੌਕ ਅਧੂਰਾ ਰਹਿ ਗਿਆ ਸ਼ਾਦੀ ਹੋਈ ਜਦੋਂ ਬੱਚਾ ਹੋਇਆ ਉਹਦੇ ਉੱਤੇ ਮੈਂ ਸ਼ੌਕ ਕੀਤਾ ਵੇ ਉਹਦੇ ਨਾਲ ਉਹਨੂੰ ਮੈਂ ਚੀਜ਼ ਦੇ ਵਿੱਚ ਚਲਾਇਆ ਵੇ ਅੱਲਾਹ ਪਾਕ ਦੀ ਜ਼ਾਤ ਨੇ ਉਹਦੇ ਰਹਿਮਤ ਕਰਮ ਕੀਤਾ ਵੇ ਕਿ ਜਿਹੜਾ ਅਸੀਂ ਮਾਮਲਾ ਜਿਹੜਾ ਨਾ ਲੈ ਕੇ ਇੱਥੋਂ ਚੱਲੇ ਸਾਂ ਉਹਦੇ ਵਿੱਚ ਅਸੀਂ ਜਿਹੜਾ ਨਾ ਬੱਚਾ ਸਾਡਾ ਕਾਮਯਾਬ ਹੋਇਆ ਦੂਸਰੇ ਨੂੰ ਵੀ ਸ਼ੁਰੂ ਕਰਾਇਆ ਉਹ ਵੀ ਕਾਮਯਾਬ ਹੋਇਆ ਤੀਸਰੇ ਨੂੰ ਹੁਣ ਟ੍ਰੇਨਿੰਗ ਦੇ ਰਹੇ ਹਾਂ ਜਨਾਬ ਪਹਿਲੇ ਨੰਬਰ 'ਤੇ ਸ਼ਹਿਰ ਜਾ ਕੇ ਸ਼ੇਰਾਂ ਵਾਲੇ ਬਾਗ ਵੇਖਦੇ ਸਨ ਛੋਟੇ ਛੋਟੇ ਬੱਚੇ ਵੀ ਉੱਥੇ ਕਰਦੇ ਸਨ ਲੇਕਿਨ ਸਾਨੂੰ ਉਹਨਾਂ ਨੇ ਕਿਤੇ ਫਿਰ ਸਾਡੇ ਵੀ ਸ਼ੌਕ ਪਿਆ ਸਾ ਆਣ ਕੇ ਫਿਰ ਨਹਿਰ 'ਤੇ ਖਾੜਾ ਬਾਦ ਕੀਤਾ ਮੈਂ ਤਾਂ ਭਾਈ ਅਮਜਦ ਪਹਿਲਵਾਨ ਆਹ ਗਿਆ ਸਾਡੇ ਜਗਣੇ ਪੁੱਤੋ ਮੜ ਬਣੀਏ ਕੋਕਰਕੀ ਦੇ ਵਿੱਚ ਵੀ ਇਹ ਸ਼ੌਕ ਹੋਣਾ ਚਾਹੀਦਾ ਬੱਚੇ ਨਸ਼ੇ ਤਮਾਸ਼ੇ ਤੋਂ ਬਚਣ ਅਤੇ ਖਾੜਾ ਪਰਚਨਾਬ ਜਿਹੜਾ ਇਹਨੂੰ ਆਬਾਦ ਕਰਨ ਸਾਡੇ ਕੋਲ ਜਨਾਬ ਅਸਦ ਪਹਿਲਵਾਨ ਇੱਥੇ ਬਚਪਨ ਤੋਂ ਆਇਆ ਛੋਟਾ ਜਿਹਾ ਸੀ ਇਨਸ਼ਾਅੱਲਾ ਤਾਲਾ ਅੱਛਾ ਪਹਿਲਵਾਨ ਹੋਇਆ ਤਲਖਾ ਪਹਿਲਵਾਨ ਅੱਛਾ ਹੋਇਆ ਕਾਸ਼ੀ ਪਹਿਲਵਾਨ ਅੱਛਾ ਹੋਇਆ ਸਾਧ ਪਹਿਲਵਾਨ ਅੱਛਾ ਹੋਇਆ ਇਰਫਾਨ ਪਹਿਲਵਾਨ ਅੱਛਾ ਹੋਇਆ ਯਾਰਾ ਫਤਮਨ ਵਾਲਾ ਅੱਛਾ ਪਹਿਲਵਾਨ ਤੁਸੀਂ ਇਹ ਸਾਡੇ ਕੋਲ ਝੱਲਾ ਪਹਿਲਵਾਨ ਵੀ ਜਿਹੜਾ ਆਉਂਦਾ ਰਿਹਾ ਇਨਸ਼ਾਅੱਲਾ ਤਾਲਾ ਜਦੋਂ ਅਸੀਂ ਨਵਾਂ ਨਵਾਂ ਖਾੜਾ ਸ਼ੁਰੂ ਕੀਤਾ ਪੋਪੀ ਪਹਿਲਵਾਨ ਫਤਿਹ ਵਾਲਾ ਇਹ ਗੋਗਾ ਪਹਿਲਵਾਨ ਇਹ ਸਾਰੇ ਇੱਥੇ ਪਾਣ ਕੇ ਪਹਿਲਵਾਨੀ ਕਰਦੇ ਰਹਿੰਦੇ ਆ ਜ਼ਿਆ ਪਹਿਲਵਾਨ ਦੇ ਇਹ ਸ਼ਗੀਰਦ ਸਾਰੇ ਮਾਸ਼ਾਅੱਲਾ ਇਹ ਜਿਹੜਾ ਇਹ ਸ਼ਾਹ ਜ਼ਿਆ ਪਹਿਲਵਾਨ ਦੀ ਖੋਲੀ ਹੈ ਹਾਂਜੀ ਇਹ ਜ਼ਿਆ ਪਹਿਲਵਾਨ ਦੀ ਸ਼ਾਹ ਇਹ ਦੇ ਪ੍ਰਸੀ ਜਿਹੜਾ ਫੈਜ਼ੀ ਪਹਿਲਵਾਨ ਜਿਹੜਾ ਨਾ ਉਹ ਕਰਦਾ ਪਿਆ ਮੈਂ ਖੁਦ ਸ਼ਗੀਰਦਾ ਅਕਬਰ ਪਹਿਲਵਾਨ ਦਾ ਉਹ ਆਰਮੀ ਦਾ ਪਹਿਲਵਾਨ ਬੜਾ ਅੱਛਾ ਪਹਿਲਵਾਨ ਇੰਟਰਨੈਸ਼ਨਲ ਹੋਇਆ ਉਹਨੇ ਵੀ ਬਾਹਰ ਦੇ ਸਾਰੇ ਟੂਰ ਕੀਤੇ ਨੇ ਮੈਂ ਉਹਦਾ ਸ਼ਗੀਰਦਾ ਉਹਦੇ ਵੱਲੋਂ ਵੇਖ ਕੇ ਫਿਰ ਮੈਂ ਬੱਚਿਆਂ ਨੂੰ ਸ਼ੌਕ ਪਾਇਆ ਮੇਰੇ ਕੋਲੋਂ ਸਿੱਖ ਕੇ ਬੱਚੇ ਕੋਈ ਵਾਪਡਾ ਹੀ ਭਰਤੀ ਹੋਏ ਨੇ ਕੋਈ ਪੁਲਿਸ 'ਚ ਗਏ ਨੇ ਕੋਈ ਰੇਲਵੇ 'ਚ ਗਏ ਨੇ ਕੋਈ ਇਸ ਆਰਮੀ 'ਚ ਗਏ ਨੇ ਮਾਸ਼ਾਅੱਲਾ ਉਹ ਬੱਚੇ ਆਈ ਕਾਮਯਾਬ ਕਿ ਮੇਰੇ ਜਿਹੜਾ ਵੱਡਾ ਭਾਈ ਹੈ ਸ਼ਹਿਦ ਪਹਿਲਵਾਨ ਫਰੂਟ ਵਾਲਾ ਮੇਰਾ ਬੜਾ ਭਾਈ ਹੈ ਅਤੇ ਉਹ ਨਾ ਕਰਦਾ ਸੀ ਅਸੀਂ ਛੋਟੇ ਛੋਟੇ ਹੁੰਦੇ ਹਾਂ ਉਹਨਾਂ ਨੂੰ ਵੇਖੀਦਾ ਜੀ ਸਾਡੇ ਚਾਚਾ ਜੀ ਮਨੋ ਪਹਿਲਵਾਨ ਛੋਲਿਆਂ ਵਾਲਾ ਜਿਹਨਾਂ ਦਾ ਸ਼ਗੀਰ ਦਾ ਆਟੇ ਸ਼ਹਿਦ ਪਹਿਲਵਾਨ ਆਟੇ ਵਾਲਾ ਮਰਹੂਮ ਅੱਲਾ ਉਹਨਾਂ ਨੂੰ ਜੰਨਤ ਦੀ ਜਗ੍ਹਾ ਦੇਵੇ ਅਤੇ ਉਸ ਤੋਂ ਬਾਅਦ ਜਦੋਂ ਮੇਰੀ ਸ਼ਾਦੀ ਹੋਈ ਹੈ ਉਸ ਤੋਂ ਬਾਅਦ ਮੇਰਾ ਬੱਚਾ ਹੋਇਆ ਅਸਦ ਪਹਿਲਵਾਨ ਉਹ ਜਦੋਂ ਹੋਇਆ ਤਾਂ ਉਹਨੂੰ ਮੈਂ ਟ੍ਰੇਨਿੰਗ ਦਿੱਤੀ ਹੈ ਜ਼ਿਆ ਪਹਿਲਵਾਨ ਦਾ ਮੈਂ ਸ਼ਗੀਰਦ ਹਾਂ ਉੱਥੇ ਹੀ ਅਸੀਂ ਸ਼ੌਕ ਆਪਣਾ ਕਰ ਦਿੰਦੇ ਹਾਂ ਬੱਚੇ ਨੂੰ ਨਾਲ ਤਲੀਮ ਹਾਸਲ ਕਰਾਉਂਦੇ ਰਹੇ ਹਾਂ ਉਹਦਾ ਤਲੀਮ ਜਿਹੜੀ ਹੈ ਨਾਲੇ ਮਾਸ਼ਾਅੱਲਾ 16 ਜਮਾਤਾਂ ਉਹਨਾਂ ਨੇ ਕੀਤੀਆਂ ਨਾਲੇ ਉਹਨੇ ਅੱਲਾਹ ਪਾਕ ਦੀ ਜ਼ਾਤ 'ਚ ਉਹਨਾਂ ਨੂੰ ਇੰਟਰਨੈਸ਼ਨਲ ਪਹਿਲਵਾਨ ਬਣਾਇਆ ਜਿਹਦੇ 'ਚ ਦੂਸਰਾ ਬੇਟਾ ਜਿਹੜਾ ਵੇ ਉਹ ਤਲੀਮ ਹਾਸਲ ਕੀਤੀ ਹੈ ਤਲਹਾ ਪਹਿਲਵਾਨ ਉਹਨੂੰ ਵੀ ਅਸੀਂ ਇਸ ਚੀਜ਼ ਦੀ ਤਰਬੀਅਤ ਦਿੱਤੀ ਹੈ ਉਹਦੇ ਨਾਲ ਉਹ ਇਸ ਟਾਈਮ ਆਪਣਾ ਆਰਮੀ ਦੇ ਵਿੱਚ ਹੈ ਉੱਥੇ ਮਾਸ਼ਾਅੱਲਾ ਉਹਨੇ ਕਾਫੀ ਮੈਡਲ ਜਿਹੜੇ ਨੇ ਜਿੱਤੇ ਨੇ ਪੰਜਾਬ ਪਾਕਿਸਤਾਨ ਚੈਂਪੀਅਨ ਹੋਇਆ ਜੂਨੀਅਰ 2-3 ਦਫਾ ਆਪਣਾ ਚੈਂਪੀਅਨ ਹੋਇਆ ਉਹਨੂੰ ਇਹ ਆਰਮੀ 'ਚ ਕਰਾਇਆ ਆਰਮੀ ਵਾਲਿਆਂ ਨੇ ਬਹੁਤ ਹੌਸਲਾ ਅਫਜ਼ਾਈ ਕੀਤੀ ਹੈ ਬਹੁਤ ਅੱਛਾ ਤਾਮਨ ਕੀਤਾ ਵੇ ਜਿਹਦੀ ਵਜ੍ਹਾ ਤੋਂ ਮੈਂ ਸੋਚਿਆ ਮੇਰਾ ਤੀਸਰਾ ਬੇਟਾ ਜਿਹਨੂੰ ਅਸੀਂ ਕਰਾ ਰਹੇ ਹਾਂ ਅਤੇ ਇਨਸ਼ਾਅੱਲਾ ਤਾਲਾ ਉਹਨੂੰ ਵੀ ਆਰਮੀ ਦੇ ਵਿੱਚ ਅਸੀਂ ਜਿਹੜਾ ਨਾ ਕਰਾਵਾ ਦੇ ਇਨਸ਼ਾਅੱਲਾ। ਅਸੀਂ ਇਹ ਕਹਿੰਦੇ ਕਿ ਸਭ ਤੋਂ ਪਹਿਲੂ ਸਾਡੇ ਕੋਲ ਜਿਹੜੀ ਰੂੜੀ ਹੈ ਗੌਰਮੈਂਟ ਖਤਮ ਕਰੇ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਤਵੱਜੋ ਕਰੇ ਸਾਨੂੰ ਕੁਛ ਨਾ ਦੇ ਇਹਨਾਂ ਬੱਚਿਆਂ ਨਾਲ ਹੌਸਲਾ ਅਫਜ਼ਾਈ ਕੋਈ ਕਰੇ ਇਹਨਾਂ ਬੱਚਿਆਂ ਦਾ ਕੋਈ ਸ਼ੌਕ ਵਧੇ ਐਡੇ ਲੋਕ ਟੀਕੇ ਲਾਉਂਦੇ ਨੇ ਨਸ਼ੇ ਤਮਾਸ਼ੇ ਆਈਸ ਪੀਂਦੇ ਨੇ ਉਹਨਾਂ ਲੋਕਾਂ ਨੂੰ ਇਹ ਸਮਝਾਇਆ ਜਾਏ ਕਿ ਤੁਸੀਂ ਇਹਦੇ ਤੋਂ ਬਚੋ ਅਤੇ ਆਸ ਪਾਸੇ ਆਓ ਆਪਣੀ ਜ਼ਿੰਦਗੀ ਨੂੰ ਸੰਭਾਲੋ ਬੁਰੇ ਕੰਮ ਤੋਂ ਬਚੋ ਸਾਡੇ ਇਸ ਕਾਫੀ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਨਸ਼ਾ ਤਮਾਸ਼ਾ ਅਤੇ ਉਹ ਲੋਕ ਬੱਚੇ ਲੋਕਾਂ ਦੇ ਬੜੇ ਪਰੇਸ਼ਾਨ ਨੇ ਲਿਹਾਜ਼ਾ ਕਿ ਉਹਨਾਂ ਨੂੰ ਨਾ ਇਸ ਪਾਸਿਓਂ ਪਾਸਾ ਉਹਨਾਂ ਦਾ ਫੇਰਿਆ ਜਾਣਾ ਚਾਹੀਦਾ ਕੋਈ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਹੈ ਕਿ ਯਾਰ ਅਸੀਂ ਇਹ ਕੰਮ ਛੱਡ ਦਈਏ ਅੱਛੇ ਪਾਸੇ ਲੱਗੀਏ ਇਹ ਭਲਵਾਨੀ ਪਾਸਾ ਅੱਛਾ ਖਾੜਾ ਇਸ ਵਾਸਤੇ ਖੋਲਿਆ ਕਿ ਲੋਕ ਨਸ਼ੇ ਤਮਾਸ਼ੇ ਤੋਂ ਬਚਣ ਅਪਰ ਚਨਾਬ ਜਿਹੜਾ ਖਾੜਾ ਇਹ ਗਵਰਨਮੈਂਟ ਨੂੰ ਸਾਡੇ ਵੱਲੋਂ ਇਸ ਚੀਜ਼ ਦੀ ਅਪੀਲ ਹੈ ਕਿ ਸਾਨੂੰ ਪੂਰੀ ਹੌਸਲਾ ਅਫਜ਼ਾਈ ਕੀਤੀ ਜਾਵੇ ਪੂਰੀ ਹੌਸਲਾ ਅਫਜ਼ਾਈ ਕੀਤੀ ਜਾਵੇ ਅਤੇ ਅਸੀਂ ਉਹਦੇ ਨਾਲ ਆਪਣਾ ਜਿਹੜਾ ਨਾ ਆਪਣਾ ਬੱਚਿਆਂ ਨੂੰ ਮਜ਼ੀਦ ਹੋਰ ਜਿਹੜਾ ਨਾ ਸਹੂਲਤ ਦੇ ਸਕੀਏ।